सजना तू है तारुस के ना जा, देख विलक दाद मेरा मुड़े। ਸਸਿਕਲ ਦੋਸਤੋ, ਸਵਾਗਤ ਹੈ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ। ਤੇ ਅੱਜ ਅਸੀਂ ਹੈਗੇ ਆ ਜੀ ਗੜਸ਼ੰਕਰ ਦੇ ਵਿੱਚ, ਗੜਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ। ਤੇ ਜਿਸ ਬੱਚੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਆ, ਇਹ ਬੱਚੇ ਦੀ ਜਿਹੜੀ ਆਵਾਜ਼ ਆ ਨਾ, ਉਹ ਮੈਂ ਵੀ ਸੁਣ ਕੇ ਇੱਕ ਵਾਰੀ ਹੈਰਾਨ ਰਹਿ ਗਿਆ ਕਿ ਇੰਨਾ ਖੂਬਸੂਰਤ ਗਾਉਂਦੀ ਆ। ਤੇ ਅੱਜ ਗੱਲਬਾਤ ਕਰਦੇ ਆ ਜੀ ਜੈਸਮੀਨ ਦੇ ਨਾਲ। ਜੈਸਮੀਨ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੀ ਆਪਣੀ ਜੈਸਮੀਨ। ਤੇ ਹੋਰ ਕਿੱਦਾਂ, ਸਕੂਲ ਕਿੱਦਾਂ ਚੱਲਦਾ ਪਹਿਲਾਂ ਇਹ ਦੱਸ। ਹਾਂਜੀ, ਆਨਲਾਈਨ ਲੱਗਦੀ। ਆਨਲਾਈਨ ਕਲਾਸਾਂ ਲੱਗਦੀਆਂ, ਕਿਹੜੀ ਕਲਾਸ 'ਚ ਪੜ੍ਹਦੇ ਬੱਚੇ? ਮੈਂ 8th ਦੇ ਵਿੱਚ। ਤੇ ਇਹ ਜਿਹੜੀ ਗਾਇਕੀ ਲਾਈਨ ਵੱਲ ਕਦੋਂ ਗਏ ਸੀ, ਜਾਂ ਕਦੋਂ ਮਤਲਬ ਤੁਹਾਨੂੰ ਲੱਗਾ ਕਿ ਮੈਂ ਗਾਉਣਾ ਆ? ਮੈਂ ਸੈਕਿੰਡ ਕਲਾਸ ਵਿੱਚ ਸੀਗੀ, ਉਸ ਵੇਲੇ ਮੈਨੂੰ ਸ਼ੌਂਕ ਹੋਇਆ ਸੀ।
ਠੀਕ ਆ ਤੇ ਸਕੂਲ ਚ ਗਾਉਂਦੇ ਹੁੰਦੇ ਸੀ ਪਹਿਲਾਂ ਹਾਂਜੀ ਹਾਂ ਤੇ ਕੋਈ ਤੁਹਾਡੇ ਮਤਲਬ ਫੈਮਿਲੀ ਦੇ ਵਿੱਚ ਪਹਿਲਾਂ ਵੀ ਕੋਈ ਹੈਗਾ ਸਿੰਗਿੰਗ ਲਾਈਨ ਦੇ ਵਿੱਚ ਕਿ ਨਹੀਂ ਨਹੀਂ ਫੈਮਿਲੀ ਚ ਕੋਈ ਨਹੀਂ ਤੇ ਜਦੋਂ ਘਰਦਿਆਂ ਨੂੰ ਮਤਲਬ ਤੁਹਾਡੇ ਘਰਦੇ ਪੂਰੀ ਪੂਰੀ ਸਪੋਰਟ ਕਰਦੇ ਆ ਹਾਂਜੀ ਠੀਕ ਆ ਤੇ ਇੱਕ ਚੀਜ਼ ਸਭ ਤੋਂ ਪਹਿਲਾਂ ਤਾਂ ਆਪਣਾ ਪੂਰਾ ਨਾਮ ਦੱਸਿਓ ਮੇਰਾ ਨਾਮ ਜੈਸਮੀਨ ਕੱਲਾ ਜੈਸਮੀਨ ਠੀਕ ਹੈ ਜਿੰਨਾ ਦਾ ਜਿੰਨੀ ਤੁਹਾਡੀ ਆਵਾਜ਼ ਸੋਹਣੀ ਹੈ ਉਨਾ ਹੀ ਤੁਹਾਡਾ ਸੋਹਣਾ ਨਾਮ ਆ ਜਸਮੀਨ ਇੱਕ ਤੁਹਾਡਾ ਟਰੈਕ ਮੈਂ ਸੁਣਿਆ ਸੀ ਅੱਜ ਤੋਂ ਕਾਫੀ ਟਾਈਮ ਪਹਿਲਾਂ ਅਤੇ ਮੈਂ ਜਦੋਂ ਗਾਣਾ ਸੁਣਿਆ ਸੀ ਮੈਨੂੰ ਤੁਹਾਡੀ ਆਵਾਜ਼ ਬਹੁਤ ਸੋਹਣੀ ਲੱਗੀ ਸੀ ਅਤੇ ਉਹ ਆਵਾਜ਼ ਦੇ ਨਾਲ ਨਾਲ ਇੱਕ ਚੀਜ਼ ਹੋਰ ਸੀ ਕਿ ਤੁਹਾਡਾ ਤੁਸੀਂ ਜਿਹੜਾ ਟੋਪਿਕ ਸੀ ਨਾ ਉਹ ਬਹੁਤ ਸੋਹਣਾ ਚੁਣਿਆ ਸੀਗਾ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਹੈਗਾ ਊਟ ਪਟਾਂਗ ਗਾ ਕੇ ਜਾਂ ਕੁਛ ਵੀ ਗਾ ਕੇ ਤੁਸੀਂ ਦੇਖਿਆ ਹੋਣਾ ਵੀ ਬਹੁਤ ਸਾਰੇ ਲੋਕ ਅੱਗੇ ਆ ਜਾਂਦੇ ਹੈ ਨਾ ਵੀ ਮਤਲਬ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਤੁਸੀਂ ਇੱਕ ਬਹੁਤ ਹੀ ਸੋਹਣੇ ਟੋਪਿਕ 'ਤੇ ਗਾਣਾ ਕੀਤਾ ਸੀ ਅਤੇ ਉਹ ਟੋਪਿਕ ਤੁਸੀਂ ਆਪ ਚੂਜ਼ ਕੀਤਾ ਸੀ ਨਹੀਂ ਨਹੀਂ ਮੇਰੇ ਪ੍ਰਦੀਪ ਭਾਜੀ ਹੁੰਦੇ ਨਾਲ ਉਹਨਾਂ ਨੇ ਕੀਤਾ ਸੀ ਚੂਜ਼ ਠੀਕ ਆ ਜੈਸਮੀਨ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਦੂਜੀ ਕਲਾਸ ਸੈਕਿੰਡ ਦੇ ਵਿੱਚ ਸੀਗੇ ਹੈ ਨਾ ਜਦੋਂ ਤੁਹਾਨੂੰ ਇਹ ਗਾਉਣ ਦਾ ਸ਼ੌਂਕ ਪਿਆ ਅਤੇ ਤੁਸੀਂ ਕੋਈ ਤੁਹਾਡਾ ਕੋਈ ਇਸ ਦੇ ਵਿੱਚ ਕੋਈ ਗੁਰੂ ਵੀ ਆ ਤੁਸੀਂ ਕਿਸ ਤੋਂ ਤਾਲੀਮ ਹਾਸਲ ਵੀ ਕਰਦੇ ਸੰਗੀਤ ਦੀ ਜੀ ਸਭ ਤੋਂ ਪਹਿਲਾਂ ਮੈਂ ਗੁਰਦੀਪ ਸਿੰਘ ਹੀਰਾ ਬਾਬਾ ਜੀ ਕੋਲ ਸਿੱਖਿਆ ਸੀ ਠੀਕ ਆ ਉਸ ਤੋਂ ਬਾਅਦ ਮੈਂ ਨਮਸ਼ਰ ਜਾਨੀ ਹੁਣ ਕੁਮਾਰ ਚੰਦਰ ਜੀ ਕੋਲ ਸਿੱਖੀ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਉਹਨਾਂ ਕੋਲ ਜਾਂਦਿਆਂ ਨੂੰ ਉਹਨਾਂ ਕੋਲ 2-3 ਸਾਲ ਹੋ ਗਏ 2-3 ਸਾਲ ਹੋ ਗਿਆ ਮਤਲਬ ਡੇਲੀ ਜਾਂਦੇ ਆ ਨਹੀਂ ਨਹੀਂ ਮਤਲਬ ਪਹਿਲਾਂ ਮੰਡੇ ਨੂੰ ਫਿਰ ਵੈਡਨਸਡੇ ਤੇ ਫਰਾਈਡੇ ਸੈਟਰਡੇ ਠੀਕ ਹੈ ਤੇ ਇੱਕ ਚੀਜ਼ ਮੈਂ ਚਾਹੂੰਗਾ ਜਿਹੜਾ ਤੁਹਾਡਾ ਟਰੈਕ ਆਇਆ ਸੀ ਜੱਟਾ ਤੇਰੀ ਜੂਨ ਮੁਰੀ ਉਸ ਟਰੈਕ ਦੇ ਪਿੱਛੇ ਜਿਹੜੇ ਜਿਹੜੇ ਬੰਦੇ ਤੁਹਾਡੇ ਮਤਲਬ ਬਹੁਤਿਆਂ ਨੂੰ ਨਹੀਂ ਪਤਾ ਹੁੰਦਾ ਕਿ ਪਿੱਛੇ ਪਿੱਛੇ ਰਹਿ ਕੇ ਕਿਹਨੇ ਕਿਹਨੇ ਸਪੋਰਟ ਕੀਤੀ ਹੈ ਨਾ ਤੇ ਮੈਂ ਚਾਹੂੰਗਾ ਤੁਸੀਂ ਉਹ ਸਾਰਿਆਂ ਨੂੰ ਦੱਸੋ ਕਿ ਤੁਹਾਡੀ ਪੂਰੀ ਟੀਮ ਦੇ ਵਿੱਚ ਕੌਣ ਕੌਣ ਸੀਗਾ ਜਿਹੜਾ ਉਹ ਟਰੈਕ ਤਾਂ ਲੋਕਾਂ ਦੀ ਝੋਲੀ ਪਾਉਣ ਦੇ ਵਿੱਚ ਕਿਹਨੇ ਕਿਹਨੇ ਤੁਹਾਡੀ ਸਹਾਇਤਾ ਕੀਤੀ ਜਾਂ ਕਿਹਨੇ ਕਿਹਨੇ ਤੁਹਾਨੂੰ ਸਪੋਰਟ ਕੀਤੀ ਸੋ ਉਸ ਗਾਣੇ ਵਿੱਚ ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ ਸੀ ਸੋ ਉਸ ਦੇ 뮤직 ਡਾਇਰੈਕਟਰ ਸੀ ਅਮਦਾਦ ਅਲੀ ਜੀ ਤੇ ਉਸ ਦੇ ਵੀਡੀਓ ਡਾਇਰੈਕਟਰ ਸੀ ਸੋਨੂ ਢਿੱਲੋਂ ਜੀ ਸੋ ਇਹ ਗਾਣਾ ਲਿਖਿਆ ਸੀ ਗੇਲੀ ਸਪੂਰੀ ਜੀ ਠੀਕ ਹੈ ਤੇ ਇੱਕ ਚੀਜ਼ ਜੈਸਮੀਨ ਮੈਂ ਤੁਹਾਡੀ ਵੀਡੀਓ ਦੇਖੀ ਸੀ ਕਿ ਵੀਡੀਓ ਦੇ ਵਿੱਚ ਤੁਸੀਂ ਜਿਹੜਾ ਗਾਇਆ ਤਾਂ ਬਹੁਤ ਸੋਹਣਾ ਹੈਗਾ ਬਟ ਤੁਹਾਡਾ ਐਕਟ ਵੀ ਬਹੁਤ ਸੋਹਣਾ ਸੀਗਾ ਤੇ ਤੁਸੀਂ ਸਿੰਗਿੰਗ ਦੇ ਨਾਲ ਨਾਲ ਕੋਈ ਐਕਟਿੰਗ ਦੀ ਵੀ ਕਲਾਸ ਵੀ ਲਾਉਂਦੇ ਆ ਨਹੀਂ ਨਹੀਂ ਐਕਟਿੰਗ ਦੀ ਨਹੀਂ ਠੀਕ ਹੈ ਇਹ ਸਾਰਾ ਕੁਝ ਗੋਡ ਗਿਫਟਡ ਹੀ ਆ ਠੀਕ ਆ ਜੈਸਮੀਨ ਉਸ ਤੋਂ ਬਾਅਦ ਉਹ ਟਰੈਕ ਆਏ ਨੂੰ ਕਿੰਨੀ ਦੇਰ ਹੋ ਗਈ ਹੁਣ ਉਸ ਨੂੰ ਸਾਲ ਹੋ ਗਏ ਉਸ ਤੋਂ ਬਾਅਦ ਵੀ ਕੋਈ ਹੋਰ ਟਰੈਕ ਕੀਤਾ ਹਾਂਜੀ ਹੁਣ ਅਸੀਂ ਰਵਿਦਾਸ ਮਹਾਰਾਜ ਜੀ ਦੇ ਕੀਤਾ ਸੀ ਇੱਕ ਠੀਕ ਹੈ ਇਸੇ ਹੀ ਸਾਲ ਇਮੋਸ਼ਨਲ ਸੌਂਗ ਕੀਤਾ ਇਸ ਸਾਲ ਜਾਂ ਪਿਛਲੇ ਸਾਲ ਪਿਛਲੇ ਸਾਲ ਕੀਤਾ ਠੀਕ ਹੈ ਇਸ ਸਾਲ ਤੇ ਹੁਣ ਹੋਰ ਕੀ ਹੁਣ ਇਸ ਵੇਲੇ ਹੋਰ ਕੀ ਤਿਆਰੀਆਂ ਆ ਸੋ ਸਭ ਤੋਂ ਪਹਿਲਾਂ ਮੈਂ ਤਾਂ ਪ੍ਰੇ ਕਰਦੀ ਹਾਂ ਕਿ ਇਹ ਜਿਹੜਾ ਕਰੋਨਾ ਕਾਲ ਹੈ ਪੂਰੀ ਦੁਨੀਆ ਤੋਂ ਖਤਮ ਹੋ ਜਾਵੇ ਸੋ ਮਨਦੀਪ ਭਾਅ ਜੀ ਜਿੱਦਾਂ ਤੁਸੀਂ ਕਿਹਾ ਸੀ ਵੀ ਹੁਣ ਨਵਾਂ ਕਿਆ ਹੁੰਦਾ ਪਿਆ ਸਾਡੇ ਡਿਵੋਸ਼ਨਲ ਸੌਂਗ ਪੰਜਾਬੀ ਫੋਕ ਸੌਂਗ ਕਮਰਸ਼ੀਅਲ ਅਤੇ ਸੂਫੀ ਸੌਂਗ ਸਾਡੇ ਤਿਆਰ ਪਏ ਨੇ ਸੋ ਮੈਂ ਅਰਦਾਸ ਕਰਦੀ ਹਾਂ ਕਿ ਕਰੋਨਾ ਕਾਲ ਜਲਦੀ ਤੋਂ ਜਲਦੀ ਜਾਵੇ ਅਤੇ ਸਾਡੇ ਸੌਂਗ ਜੈਸਮੀਨ ਇੱਕ ਚੀਜ਼ ਹੋਰ ਜਿੱਦਾਂ ਹੁਣ ਤੁਸੀਂ ਹਲੇ ਤੁਹਾਡੀ ਏਜ ਕਿੰਨੀ ਆ ਪੁੱਤ ਮੇਰੀ ਏਜ 30 ਤੇ ਜਿੱਦਾਂ ਹੁਣ ਤੁਹਾਡੀ ਹੈ ਨਾ ਬਹੁਤ ਤੁਸੀਂ ਛੋਟੇ ਆ ਜਦੋਂ ਸਿੰਗਿੰਗ ਲਾਈਨ ਦੇ ਵਿੱਚ ਜਿੱਦਾਂ ਬਹੁਤ ਜ਼ਿਆਦਾ ਖਿਆਲ ਰੱਖਣਾ ਪੈਂਦਾ ਕਿ ਸਾਡਾ ਕੋਈ ਗਾਣਾ ਇੱਦਾਂ ਦਾ ਨਾ ਹੋਵੇ ਕੋਈ ਇੱਦਾਂ ਦਾ ਵਰਡ ਨਾ ਗਾਣੇ ਦੇ ਵਿੱਚ ਆ ਜਾਵੇ ਜਿਹਦੇ ਨਾਲ ਲੋਕ ਕਹਿਣ ਕਿ ਦੇਖ ਨਿੱਕੀ ਜੇ ਨੇ ਕੁੜੀ ਵੀ ਕੀ ਗਾਈ ਜਾਂਦੀ ਹੈ ਨਾ ਉਹ ਜਿਹੜੇ ਤੁਹਾਡੇ ਸਾਰਾ ਮੈਟਰ ਆ ਉਹ ਕੌਣ ਚੂਜ਼ ਕਰਦਾ ਉਹ ਪ੍ਰਦੀਪ ਭਾਜੀ ਚੂਜ਼ ਕਰਦੇ ਮਤਲਬ ਜਿਹੜੇ ਜਿਹੜੇ ਗਾਣੇ ਉਹ ਸਿਲੈਕਟ ਕਰਦੇ ਪ੍ਰਦੀਪ ਭਾਜੀ ਕਰਦੇ ਆ ਠੀਕ ਆ ਠੀਕ ਆ ਜੀ ਠੀਕ ਆ ਤੇ ਤੁਹਾਡੇ ਪਾਪਾ ਪੂਰੀ ਸਪੋਰਟ ਕਰਦੇ ਆ ਤੇ ਮੰਮੀ ਮੰਮਾ ਵੀ ਤੇ ਹੋਰ ਤੁਹਾਡੇ ਘਰ ਦੇ ਵਿੱਚ ਹੋਰ ਕੌਣ ਕੌਣ ਆ ਮੇਰੇ ਦਾਦੀ ਦਾਦੂ ਚਾਚੀ ਚਾਚੂ ਦੋ ਹੈ ਠੀਕ ਹੈ ਉਹਨਾਂ ਦੇ ਬੱਚੇ ਨੇ ਛੋਟੇ ਛੋਟੇ ਚਾਚੂ ਦੇ ਮੇਰੇ ਦੋ ਬੇਟੇ ਨੇ ਤੇ ਉਸ ਤੋਂ ਬੜਿਆਂ ਦੇ ਇੱਕ ਬੇਟੀ ਠੀਕ ਹੈ ਤੇ ਤੁਸੀਂ ਪੜ੍ਹਦੇ ਕਿੱਥੇ ਆ ਮੈਂ ਦੁਆਬਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਾਰੋਵਾਲ ਵਿੱਚ ਪੜ੍ਹਦੀ ਹਾਂ ਤੇ ਜਦੋਂ ਪਹਿਲਾ ਟਰੈਕ ਆਇਆ ਸੀ ਤੇ ਫਿਰ ਕਲਾਸ ਤੱਕ ਕਿਦਾਂ ਦਾ ਮਾਹੌਲ ਸੀਗਾ ਨਹੀਂ ਕਲਾਸ ਉਦੋਂ ਕਰੋਨਾ ਕਰਕੇ ਲੌਕਡਾਊਨ ਹੋਇਆ ਸੀ ਠੀਕ ਹੈ ਤੇ ਜਿਹੜੀ ਕਲਾਸਮੇਟ ਆ ਉਹ ਸਾਰਿਆਂ ਦੇ ਫੋਨ ਆਏ ਉਦੋਂ ਜਦੋਂ ਪਹਿਲਾ ਟਰੈਕ ਆਇਆ ਕਿਦਾਂ ਦਾ ਫੀਲ ਹੁੰਦਾ ਸੀ ਵਧੀਆ ਤੇ ਮੈਂ ਚਾਹੂੰਗਾ ਕਿ ਤੁਸੀਂ ਆਪਣਾ ਜਿਹੜਾ ਗੀਤ ਆਇਆ ਸੀ ਉਹਦੀਆਂ ਚਾਰ ਲਾਈਨਾਂ ਸਾਡੇ ਨਾਲ ਸਾਂਝੀਆਂ ਕਰੋ ਜੱਟਾ ਤੇਰੀ ਜੂਨ ਬੁਰੀ ਉੱਤੋਂ ਕਰਜ਼ੇ ਦੀ ਪੈ ਗਈ ਤੈਨੂੰ ਮਾਰ ਜੱਟਾ ਤੇਰੀ ਜੂਨ ਬੁਰੀ ਉੱਤੋਂ ਕਰਜ਼ੇ ਦੀ ਪੈ ਗਈ ਤੈਨੂੰ ਮਾਰ ਜੱਟਾ ਤੇਰੀ ਜੂਨ ਬੁਰੀ ਜਿਹਨੇ ਤੇਰਾ ਹੱਥ ਫੜਨਾ ਟੱਕੇ ਡੋਲੇ ਖਾਂਦੀ ਸਰਕਾਰ ਜੱਟਾ ਤੇਰੀ ਜੂਨ ਬੁਰੀ ਉੱਤੋਂ ਕਰਜ਼ੇ ਦੀ ਪੈ ਗਈ ਤੈਨੂੰ ਮਾਰ ਜੱਟਾ ਤੇਰੀ ਜੂਨ ਬੁਰੀ ਹੋ ਜੈਸਮੀਨ ਜਿਹੜਾ ਤੁਹਾਡਾ ਗੀਤ ਸੀਗਾ ਨਾ ਉਹ ਗੀਤ
बहुत देर पहला आया सी जिदा तुसी दस्या साल हो गया है ना ते अज जिहड़े किसानी दे हालात है अपने पंजाब दे विच है ना ते बहुत चंगे नहीं हैगे जिदा तुहानू पता ही होना कि दिल्ली सारे किसान बैठे आ अज 6 महीने हो चुके है ना 450 तों उपर शहीद हो चुके आ उत्थे है ना ते उहदे बारे तुसी की कहना चाहुंदे आ ਸੋ ਜਿੱਦਾਂ ਮਨਦੀਪ ਭਾਜੀ ਤੁਸੀਂ ਟਰੈਕ ਦੀ ਗੱਲ ਕੀਤੀ ਹੈ ਮੇਰਾ ਇਹ ਟਰੈਕ ਸਾਲ ਪਹਿਲਾਂ ਆ ਗਿਆ ਸੀ ਉਸ ਵਿੱਚ ਮੈਂ ਸਾਰਾ ਕਿਸਾਨਾਂ ਦਾ ਦੱਸਤਾ ਸੀ ਹਾਲਾਂਕਿ ਉਦੋਂ ਬਿੱਲ ਪਾਸ ਨਹੀਂ ਹੋਏ ਸੀ ਕਿਸਾਨਾਂ ਦੇ ਹਾਲਾਤ ਪਹਿਲਾਂ ਵੀ ਮਾੜੇ ਸੀ ਅਤੇ ਹੁਣ ਵੀ ਮਾੜੇ ਨੇ ਜਦੋਂ ਬਿੱਲ ਪਾਸ ਹੋ ਗਏ ਠੀਕ ਹੈ ਅਤੇ ਜੈਸਮੀਨ ਬਹੁਤ ਚੰਗੀ ਤੁਹਾਡੀ ਸੋਚ ਆ ਅਤੇ ਆਉਣ ਵਾਲਾ ਜਿਹੜਾ ਫਿਊਚਰ ਆ ਫਿਊਚਰ ਦੇ ਵਿੱਚ ਕੀ ਪਲਾਨ ਆ ਮਤਲਬ ਕਲਾਕਾਰੀ ਬਣਨਾ ਹਾਂਜੀ ਪੱਕਾ ਮਿੱਥਿਆ ਹੋਇਆ ਚਲੋ ਤੁਹਾਡੀ ਆਵਾਜ਼ ਬਹੁਤ ਸੋਹਣੀ ਆ ਪਰਮਾਤਮਾ ਕਰੇ ਤੁਹਾਨੂੰ ਤਰੱਕੀਆਂ ਬਖਸ਼ੇ ਅਤੇ ਅਤੇ ਜਸਮੀਨ ਜਿੱਦਾਂ ਹੁਣ ਜਿਹੜਾ ਤੁਹਾਡਾ ਪਹਿਲਾ ਟਰੈਕ ਆਇਆ ਸੀ ਅਤੇ ਤੁਹਾਨੂੰ ਲੋਕਲ ਜਿਹੜੇ ਲੋਕਾਂ ਦੀ ਸਪੋਰਟ ਮਿਲੀ ਆ ਹਾਂਜੀ ਸੋ ਮੈਂ ਗੜਸ਼ੰਕਰ ਦੀ ਹਾਂ ਮੈਨੂੰ ਗੜਸ਼ੰਕਰ ਦੀ ਬਹੁਤ ਜ਼ਿਆਦਾ ਸਪੋਰਟ ਮਿਲੀ ਹੈ ਸੋ ਮੈਂ ਅੱਗੇ ਵੀ ਇਹੀ ਦੁਆ ਕਰਾਂਗੀ ਕਿ ਉਹਨਾਂ ਦੀ ਸਪੋਰਟ ਮੈਨੂੰ ਜ਼ਰੂਰ ਮਿਲੇ ਜਸਮੀਨ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਸਕੂਲ ਤੋਂ ਜਿਹੜੇ ਤੁਹਾਡੇ ਕਲਾਸਮੇਟ ਸੀ ਉਹਨਾਂ ਦਾ ਤਾਂ ਤੁਹਾਨੂੰ ਫੋਨ ਆ ਗਿਆ ਬਟ ਜਿਹੜੇ ਤੁਹਾਡੇ ਟੀਚਰ ਸੀ ਤੁਹਾਨੂੰ ਉਹਨਾਂ ਨੇ ਹੌਸਲਾ ਅਫਜਾਈ ਕੀਤੀ ਤੁਹਾਡੀ ਕਿ ਨਹੀਂ ਜੀ ਮੈਨੂੰ ਟੀਚਰਸ ਨੇ ਹੌਸਲਾ ਅਫਜਾਈ ਕੀਤੀ ਸੀ ਪਰ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਪੜ੍ਹਾਈ 'ਤੇ ਵੀ ਆਪਣਾ ਫੋਕਸ ਰੱਖਣਾ ਮਤਲਬ ਤੂੰ ਪੜ੍ਹਨ 'ਤੇ ਧਿਆਨ ਨਹੀਂ ਦਿੰਦੀ ਇਹਦਾ ਮਤਲਬ ਨਹੀਂ ਨਹੀਂ ਹਾਂ ਪੱਕੀ ਗੱਲ ਆ ਠੀਕ ਆ ਅਤੇ ਚੰਗੇ ਨੰਬਰ ਆ ਜਾਂਦੇ ਆ ਹਾਂਜੀ ਇੱਦਾਂ ਦਾ ਨਹੀਂ ਕਿ ਪਾਸ ਹੋਣ ਜੋਗੇ ਹੀ ਆਉਂਦੇ ਆ ਨਹੀਂ ਨਹੀਂ ਫਿਰ ਠੀਕ ਆ ਅਤੇ ਜਸਮੀਨ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਨਵਾਂਸ਼ਹਿਰ ਜਾਂਦੀ ਹਾਂ ਅਤੇ ਡੇਲੀ ਨਵਾਂਸ਼ਹਿਰ ਅਪ ਡਾਊਨ ਤੁਸੀਂ ਫਿਰ ਕਿੱਦਾਂ ਕਰਦੇ ਆ ਸਭ ਤੋਂ ਪਹਿਲਾਂ ਪਾਪਾ ਕਾਲਜ ਚਲ ਜਾਂਦੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ 5 ਵਜੇ ਆ ਕੇ ਮੈਨੂੰ ਬੱਸ ਸਟੈਂਡ ਤੋਂ ਪਿਕਅਪ ਕਰਕੇ ਫਿਰ ਚੱਲ ਕੇ ਫਿਰ ਅਸੀਂ ਰਾਤ ਨੂੰ 8 ਵਜੇ ਆਏ ਮਤਲਬ ਤੂੰ ਡੇਲੀ ਬੱਸ ਦੇ ਵਿੱਚ ਜਾਂਦੀ ਆ ਅਤੇ ਜਦੋਂ ਬੱਸਾਂ ਬੰਦ ਸੀਗੀਆਂ ਅਤੇ ਉਸ ਵੇਲੇ ਫਿਰ ਬੰਦ ਹੋ ਗਈ ਸੀ ਤੁਹਾਡੀ ਕਲਾਸ ਜਾਂ ਨਹੀਂ ਉਸ ਵੇਲੇ ਵੀ ਚੱਲਦੀ ਰਹੀ ਉਸ ਵੇਲੇ ਫਿਰ ਪਾਪਾ ਛੱਡ ਕੇ ਆਉਂਦੇ ਸੀਗੇ ਠੀਕ ਆ ਅਤੇ ਜਸਮੀਨ ਜੇ ਪਰਮਾਤਮਾ ਕਰੇ ਤੁਸੀਂ ਇਨ ਫਿਊਚਰ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਜ਼ਿਆਦਾ ਮਤਲਬ ਨਾਮ ਕਮਾਓ ਅਤੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਅਤੇ ਜੇਕਰ ਤੁਸੀਂ ਸਟਾਰ ਬਣ ਜਾਂਦੇ ਆ ਤਾਂ ਫਿਰ ਕੋਈ ਫਿਰ ਕੀ ਸੋਚਦੇ ਆ ਕੋਈ ਕੀ ਪਲੈਨ ਆ ਜਾਂ ਮਤਲਬ ਕੀ ਕਰਨਾ ਚਾਹੁੰਦੇ ਆ ਮੈਂ ਇੱਕ ਅਕੈਡਮੀ ਖੋਲ੍ਹਾਂਗੀ ਜਿਹਦੇ ਵਿੱਚ ਬੱਚਿਆਂ ਕੋਲ ਹੁਨਰ ਹੈਗਾ ਪਰ ਉਹ ਅੱਗੇ ਨਹੀਂ ਆ ਸਕਦੇ ਉਹਨਾਂ ਨੂੰ ਫ੍ਰੀ ਆਫ ਕੋਸਟ ਉਹਨਾਂ ਨੂੰ ਉੱਥੇ ਮਤਲਬ ਉੱਥੇ ਸਿਖਾਉਂਗੀ ਓਕੇ ਮਤਲਬ ਜਿਹੜੇ ਤੁਸੀਂ ਇੱਕ ਅਕੈਡਮੀ ਖੋਲ੍ਹਣਾ ਚਾਹੁੰਦੇ ਆ ਅਤੇ ਜਿਹਦੇ ਵਿੱਚ ਆ ਕੇ ਬੱਚੇ ਮਤਲਬ ਮਿਊਜ਼ਿਕ ਦੀ ਸਿੱਖਿਆ ਲੈ ਸਕਦੇ ਆ ਫ੍ਰੀ ਆਫ ਕੋਸਟ ਬਹੁਤ ਸੋਹਣੀ ਸੋਚ ਆ ਤੁਹਾਡੀ ਪਰਮਾਤਮਾ ਕਰੇ ਕਿ ਤੁਸੀਂ ਜਲਦੀ ਜਲਦੀ ਆਪਣਾ ਨਾਮ ਬਣਾਓ ਅਤੇ ਆਪਣੇ ਇਲਾਕੇ ਦੇ ਵਿੱਚ ਇੱਕ ਜਲਦੀ ਜਲਦੀ ਜਿਹੜੇ ਮਿਊਜ਼ਿਕ ਸਿੱਖਣ ਵਾਲੇ ਬੱਚੇ ਆ ਉਹਨਾਂ ਨੂੰ ਇੱਕ ਅਕੈਡਮੀ ਮਿਲ ਸਕੇ ਅਤੇ ਜੈਸਮੀਨ ਸਿੰਗਿੰਗ ਤੋਂ ਇਲਾਵਾ ਹੋਰ ਖਾਣ ਪੀਣ ਦਾ ਕੀ ਸ਼ੌਂਕ ਆ ਹੁਣ ਮੈਂ ਦੇਖਿਆ ਕਿ ਆਪਾਂ ਗੱਲਬਾਤ ਕਰਦੇ ਹਾਂ ਤਾਂ ਵਿੱਚ ਹੀ ਉੱਧਰ ਬੈਕ ਸਾਈਡ 'ਤੇ ਚਾਹ ਆਈ ਹੋਈ ਹੈ ਅਤੇ ਪ੍ਰਦੀਪ ਭਾਅ ਜੀ ਤੁਹਾਨੂੰ ਸਮੋਸਾ ਦੇਗਾ ਤੁਸੀਂ ਸਮੋਸਿਆਂ ਦੇ ਸ਼ੌਕੀਨ ਲੱਗਦੇ ਹਾਂ ਹਾਂਜੀ ਮੈਨੂੰ ਸਮੋਸੇ ਮੇਰੇ ਫੇਵਰੇਟ ਹੈ ਪਰ ਪ੍ਰਦੀਪ ਭਾਅ ਜੀ ਮੈਨੂੰ ਮਨਾ ਕਰਦੇ ਖਾਣ ਅੱਛਾ ਉਹ ਤੁਹਾਡੇ ਗਲੇ ਕਰਕੇ ਤੁਹਾਨੂੰ ਮਨਾ ਕਰਦੇ ਆ ਨਾ ਕਿਉਂਕਿ ਕਾਫੀ ਆਇਲ ਹੁੰਦਾ ਅਤੇ ਕਈ ਵਾਰੀ ਗਲਾ ਵੀ ਖਰਾਬ ਹੋ ਜਾਂਦਾ ਸਮੋਸਿਆਂ ਤੋਂ ਇਲਾਵਾ ਹੋਰ ਕੀ ਕੀ ਖਾਣ ਦਾ ਸ਼ੌਂਕ ਆ ਮੈਨੂੰ ਬੇਸਣ ਵਾਲੇ ਲੱਡੂ ਰਸਗੁੱਲੇ ਅੱਛਾ ਜੇਬ ਚ ਪੈਸੇ ਹੋਣ ਤੂੰ ਘਰਦਿਆਂ ਤੋਂ ਚੋਰੀ ਕਿਸੇ ਸ਼ੋਪ ਤੇ ਜਾ ਕੇ ਕੀ ਖਰੀਦੀ ਹੁੰਦੀ ਆ ਜਿਹੜੇ ਆਈਸ ਕ੍ਰੀਮ ਵਾਲੇ ਅੰਕਲ ਆਉਂਦੇ ਹੁੰਦੇ ਰੋਜ਼ ਹੀ ਨਹੀਂ ਰੋਜ਼ ਨਹੀਂ ਠੀਕ ਆ ਅਤੇ ਮਤਲਬ ਮਿੱਠੇ ਤੋਂ ਇਲਾਵਾ ਸਮੋਸੇ ਖਾਣ ਦੀ ਸ਼ੌਕੀਨ ਆ ਨਾ ਤੂੰ ਅਤੇ ਹੋਰ ਕੋਈ ਸ਼ੌਕ ਮਤਲਬ ਕੋਈ ਹੋਬੀ ਹੋਰ ਕੋਈ ਮੇਰੀ ਰੀਡਿੰਗ ਓਕੇ ਸਾਈਕਲਿੰਗ ਬਸ ਜੈਸਮੀਨ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਫੇਮਸ ਸਿੰਗਰ ਆ ਉਹਨਾਂ ਦੇ ਵਿੱਚੋਂ ਤੁਸੀਂ ਕਿਹਨੂੰ ਸੁਣਨਾ ਪਸੰਦ ਕਰਦੇ ਆ ਮੈਂ ਸਤਿੰਦਰ ਸਰਤਾਜ ਜੀ ਸਤਿੰਦਰ ਸਰਤਾਜ ਜੀ ਨੂੰ ਉਹਨਾਂ ਤੇ ਕਮਲ ਖਾਨ ਕਮਲ ਖਾਨ ਨੂੰ ਅਤੇ ਜਿਹੜੇ ਬਹੁਤ ਪੁਰਾਣੇ ਜ਼ਮਾਨੇ ਦੇ ਸਿੰਗਰ ਸੀ ਉਹਨਾਂ ਵਿੱਚੋਂ ਵੀ ਕਿਸੇ ਨੂੰ ਲਾਈਕ ਕਰਦੇ ਆ ਲਤਾ ਮੰਗੇਸ਼ਕਰ ਜੀ ਅਤੇ ਨੂਰਜਹਾਂ ਜੈਸਮੀਨ ਜਿੱਦਾਂ ਹੁਣ ਤੁਸੀਂ ਦੱਸਿਆ ਕਿ ਤੁਸੀਂ ਸਟੇਜਾਂ 'ਤੇ ਪਰਫੋਰਮ ਕਰਦੇ ਆ ਕਦੇ ਕਿਸੇ ਨਾਮਵਰ ਸਿੰਗਰ ਨੂੰ ਮਿਲਣ ਦਾ ਮੌਕਾ ਮਿਲਿਆ ਕਿਹਨਾਂ ਨੂੰ ਮਿਲੇ ਸੀ ਮੈਂ ਰਣਜੀਤ ਰਾਣਾ ਜੀ ਨੂੰ ਮਿਲੀ ਸੀ ਸਟੇਜ 'ਤੇ ਅਤੇ ਜਦੋਂ ਰਣਜੀਤ ਰਾਣਾ ਜੀ ਨੂੰ ਮਿਲੇ ਅਤੇ ਰਾਣੇ ਨੇ ਫਿਰ ਤੁਹਾਡੇ ਰਾਣੇ ਭਾਅ ਜੀ ਨੇ ਤੁਹਾਡੇ ਤੋਂ ਕੋਈ ਗੀਤ ਸੁਣਿਆ ਜੀ ਕਿਹੜਾ ਗੀਤ ਸੁਣਾਇਆ ਸੀ ਲੰਬੀ ਜੁਦਾਈ ਸੁਣੀ ਅਤੇ ਕੀ ਕਿਹਾ ਉਹਨਾਂ ਨੇ ਗਾਣਾ ਸੁਣ ਕੇ ਫਿਰ ਕਹਿੰਦੇ ਬਹੁਤ ਵਧੀਆ ਆਵਾਜ਼ ਠੀਕ ਆ
मैं दिब्बी मकसूसपुरी जी मिलने का मैं मौका मिलया सी। उस वेले आप जट्टा तेरी जूनपुरी गाने की रिकॉर्डिंग ले गए सी, किसी कारण रिकॉर्डिंग डिले हो गई सी, नहीं हो सकी, तो असं उन्होंने घर गए सी। असं उत्थे लंच भी किया, उन्होंने मेरे तो गाना सुनया सी, मतलब उत्थे चेयर मैं खड़े होकर गाना सुनाया सी, टेबल पिया सी मोहरे, जित मैं गाँवी पी सी टेबल बजाते पे सी, मैं मज़ा आता सी। सर जिते गाना मुकया वो उठ के आए, मतलब तेनू उन्होंने इन्ना ज्यादा प्यार किया, प्यार दिता कि तेरे पैर हाथ लाए, तो तुर क्या नहीं उदो भी भाजी आना करो आना करो। हाँ मैं पीछे ना हो गए सी, पीछे भी आ गए। अच्छा ठीक है। तो स्कूल दे विच जिहड़ियां दसवीं, एक चीज़ होर दसो, जिहड़ियां तुहाडियां फ्रेंड्स आ स्कूल दे विच, कोई तुहाडी बेस्ट फ्रेंड सब तो ज्यादा कौन आ? मेरी जपजीत है बेस्ट फ्रेंड। ओ किथे दी आ? ओ मोले दी, मोलाबाद पर, मोलाबाद। ठीक है। ते वो गाने सुनती होंगी है तेतों? हाँ। ने वैसे ही तेरी बेस्ट फ्रेंड है जो तेरी सिंगिंग नु लाइक कर दिया हो? नहीं दोनों। ठीक है। मेरी बेस्ट फ्रेंड भी सिंगिंग नु भी लाइक कर दी। सिर्फ एक ही फ्रेंड है? नहीं और भी है। हम्म। एक मेरी नवजोत है, जानवी, जैस्मिन। हम्म। बस बाकी मेरी क्लास में पढ़नी। ते घर च दादा तुसी दोए सिस्टर हैं, ते तो छोटी है दूजी सिस्टर? हां जी। ते तू लड़ाकी किन्नी क्या? ਨਹੀਂ ਉਹ ਵੀ ਲੜਦੀ ਹੁੰਦੀ, ਮੈਂ ਲੜਦੀ। ਕੀ ਕਹਿੰਦੀ ਹੁੰਦੀ ਹੈ ਜਦੋਂ ਲੜਦੀ ਹੁੰਦੀ ਹੈ? ਬਾਲ ਜੋ ਨਹੀਂ, ਮੇਰੇ ਚਪੇੜਾ ਮਾਰਦੀ ਰਹਿੰਦੀ। ਚਪੇੜਾ ਮਾਰਦੀ ਹੁੰਦੀ ਹੈ? ਫਿਰ ਤੂੰ ਅੱਗੇ ਕੀ ਕਰਦੀ ਆ? ਮੈਂ ਮੰਮਾ ਨੂੰ ਦੱਸ ਦਿੰਦੀ, ਉਹ ਫਿਰ ਮੈਨੂੰ ਕਿਸੇ ਵੈਸੇ ਗਾਲਾਂ ਬੋਲਦੀ ਜਾਣ ਕੇ, ਝੂਠ ਬੋਲ ਕੇ, ਫਿਰ ਮੇਰੇ ਪੈ ਜਾਂਦੀ। ਅੱਛਾ ਮੰਮੀ ਤੋਂ ਵੀ ਪੈ ਜਾਂਦੀ ਆ, ਉਹ ਤੋਂ ਵੀ ਪੈ ਜਾਂਦੀ ਆ? ਫਿਰ ਤਾਂ ਤੇਰਾ ਧੱਕਾ ਹੁੰਦਾ, ਬਹੁਤ ਨਾਇਨਸਾਫੀ ਆ ਤੇਰੇ ਨਾਲ ਹੁੰਦੀ ਆ। ਤੇ ਮੈਂ ਵੀ ਮਾਰ ਦਿੰਦੀ। ਤੂੰ ਵੀ ਮਾਰਦੀ ਹੁੰਦੀ ਆ? ਖਿੱਚ ਖਿੱਚ ਕੇ ਜਾਂ ਹੌਲੀ? ਰੋਟੀਆਂ ਬਣਾਉਣੀ ਆਉਂਦੀਆਂ ਤੈਨੂੰ? ਕਿੰਨਾ ਦੀ ਬਣ ਜਾਂਦੀ ਰੋਟੀ ਜਦੋਂ ਬਣਾਉਣੀ ਹੁੰਦੀ ਆ? ਨਹੀਂ ਬਸ ਇੰਨੀਆਂ ਵੀ ਨਹੀਂ ਗੰਦੀਆਂ ਬਣਦੀਆਂ, ਪਰ ਪ੍ਰੋਪਰ ਵੀ ਨਹੀਂ ਕੋਲ ਬਣਦੀਆਂ। ਠੀਕ ਹੈ। ਅਤੇ ਕੋਈ ਨਹੀਂ, ਆਉਣ ਵਾਲੇ ਟਾਈਮ 'ਚ ਰੋਟੀਆਂ ਵੀ ਕੋਲ ਬਣ ਲੱਗ ਪੈਣੀਆਂ। ਠੀਕ ਹੈ। ਅਤੇ ਮੰਮੀ ਪਾਪਾ ਪਿਆਰ ਕਰਦੇ ਆ? ਹਾਂਜੀ ਬਹੁਤ ਜ਼ਿਆਦਾ। ਹਾਂਜੀ। ਗੁੱਸਾ ਕਿੰਨਾ ਗਾਉਂਦੇ ਆ? ਨਹੀਂ ਜ਼ਿਆਦਾ ਨਹੀਂ ਕਰਦੇ, ਜਦੋਂ ਗਲਤੀ ਹੁੰਦੀ। ਜਦੋਂ ਮਤਲਬ ਗੁੱਸੇ ਹੁੰਦੇ ਜਦੋਂ ਗਲਤੀ, ਗਲਤੀ ਕੀ ਕਰਦੀ ਹੁੰਦੀ ਆ? ਮੋਬਾਈਲ ਦੇਖਦੀ ਹੁੰਦੀ ਆ। ਮੈਨੂੰ ਲੱਗਦਾ ਗੇਮਾਂ 'ਚ ਬੜੀ ਰਹਿੰਦੀ ਹੋਣੀ ਨਾ? ਜੈਸਮੀਨ, ਜਿੰਨਾ ਤੁਹਾਡੀ ਜਿੰਨੀ ਤੁਹਾਡੀ ਆਵਾਜ਼ ਸੋਹਣੀ ਆ, ਅਤੇ ਜਿੰਨਾ ਹੀ ਇਹ ਜਿਹੜੇ ਗੀਤ ਦੇ ਬੋਲ ਆ ਉਹ ਬਹੁਤ ਸੋਹਣੇ ਆ, ਅਤੇ ਇਹਦੇ 'ਚ ਤੁਹਾਡੀ ਸਾਰੀ ਟੀਮ ਵਧਾਈ ਦੀ ਪਾਤਰ ਹੈ ਕਿ ਉਹਨਾਂ ਨੇ ਤੁਹਾਨੂੰ ਇੱਕ ਚੰਗੇ ਲਿਰਿਕਸ ਦਿੱਤੇ ਅਤੇ ਤੁਹਾਨੂੰ ਇਹ ਗਾਣਾ ਗਾਉਣ ਦਾ ਮੌਕਾ ਮਿਲਿਆ, ਹੈ ਨਾ? ਅਤੇ ਰਿਆਜ਼ ਕਿੰਨਾ ਚਿਰ ਕਰਦੇ ਆ? ਰਿਆਜ਼ ਘੰਟਾ ਰੋਜ਼? ਹਾਂਜੀ। ਸਵੇਰੇ? ਸਵੇਰੇ ਸ਼ਾਮ। ਹੋਰ ਕੋਈ ਕੋਈ ਸ਼ੌਂਕ? ਹੋਰ ਨਹੀਂ। ਫੋਨ 'ਤੇ ਗੇਮਾਂ ਨਹੀਂ ਖੇਡਦੀ? ਖੇਡਦੀ ਹਾਂਜੀ। ਕਿਹੜੀ ਗੇਮ ਖੇਡਦੀ ਹੁੰਦੀ ਆ? ਜਿਹੜੇ ਕੁੜੀਆਂ ਵਾਲੀ ਹੁੰਦੀਆਂ। ਅੱਛਾ ਠੀਕ ਆ। ਜੈਸਮੀਨ, ਜਿਹੜੀ ਅੱਜ ਕੱਲ੍ਹ ਜਿੱਦਾਂ ਤਕਨੀਕ ਆ, ਜਿੱਦਾਂ ਹੈ ਨਾ, ਮਤਲਬ ਹਰ ਇੱਕ ਸਿੰਗਰ ਦੀ ਆਵਾਜ਼ ਐਡਿਟ ਹੋ ਜਾਂਦੀ ਆ, ਵੀਡੀਓ ਐਡਿਟ ਹੋ ਜਾਂਦੀ ਆ, ਮਤਲਬ ਸਟੂਡੀਓ ਦੇ ਵਿੱਚ ਤਾਂ ਗਾਣਾ, ਮਤਲਬ ਮੈਨੂੰ ਪਤਾ ਕਿ ਬਹੁਤ ਸੌਖਾ ਆ ਸਟੂਡੀਓ ਵਿੱਚ ਰੀਟੇਕ ਲੈ ਕੇ ਗਾ ਲੈਂਦੇ ਆ, ਬਟ ਤੁਸੀਂ, ਮੈਂ ਦੇਖਿਆ ਤੁਸੀਂ ਸਟੇਜ 'ਤੇ ਲਾਈਵ ਪਰਫੋਰਮੈਂਸ ਵੀ ਕਰਦੇ ਆ ਨਾ, ਅਤੇ ਸਟੇਜ 'ਤੇ ਜਾਂਦੇ ਕਿ ਡਰ ਨਹੀਂ ਲੱਗਾ? ਨਹੀਂ ਨਹੀਂ, ਪਹਿਲੀ ਵਾਰ ਲੱਗਾ ਸੀ ਜਦੋਂ ਸ਼ੁਰੂ 'ਚ। ਪਹਿਲੀ ਸਟੇਜ ਕਿੱਥੇ ਸੀ, ਕਦੋਂ ਸੀ ਉਹ? ਪਹਿਲੀ ਸਟੇਜ ਮੇਰੀ ਚਾਲਾ ਸੀ। ਚਾਲਾ ਸੀ, ਠੀਕ ਆ। ਅਤੇ ਸਟੇਜ 'ਤੇ ਕੌਣ ਸਾਥ ਦਿੰਦਾ? ਸਟੇਜ 'ਤੇ ਮੇਰੇ ਪ੍ਰਦੀਪ ਬੈਂਡ, ਸ਼ੰਕਰ ਭਾਜੀ ਅਤੇ ਮੇਰੇ ਪਾਪਾ। ਠੀਕ ਆ। ਅਤੇ ਕਦੇ ਇੱਦਾਂ ਤਾਂ ਨਹੀਂ ਹੋਇਆ ਸਟੇਜ 'ਤੇ ਗਾਉਂਦੀ ਹੋਵੇ ਤਾਂ ਭੁੱਲ ਗਿਆ ਹੋਵੇ ਕੁਛ? ਹਾਂਜੀ ਇੱਕ ਵਾਰੀ ਹੋਇਆ ਸੀ। ਕੀ ਹੋਇਆ ਸੀ? ਉਸ ਵੇਲੇ ਬਾਵਾ ਗਾਉਂਦੇ ਪਏ ਸੀ ਅਸੀਂ, ਸਾਨੂੰ ਜਿਹੜੇ ਫਾਸਟ ਬੋਲ ਹੁੰਦੇ ਉਹਦੇ ਲਾਸਟ ਜਿਹੜੇ ਹੁੰਦੇ ਉਹਦੇ ਵਿੱਚ ਭੁੱਲ ਗਏ ਸੀ। ਠੀਕ ਆ। ਨਹੀਂ ਫਿਰ ਜਦੋਂ ਭੁੱਲ ਗਿਆ ਸੀ ਫਿਰ ਕੀ ਹੋਇਆ, ਉਹ ਸਾਰੀ ਗੱਲ ਦੱਸ। ਨਹੀਂ ਉਹ ਕੁਛ ਵੀ ਨਹੀਂ, ਪਿੱਛੇ ਅਸੀਂ ਉਹਦੇ ਕਿਆ ਕਹਿ ਸਕਦੇ ਸੀ ਉਹਨੂੰ, ਪਿੱਛੇ ਉਹਦੀ ਮਤਲਬ ਟਿਊਨ ਬੋਲਦੀ ਸੀ ਵੀ ਉਹ ਸਾਰੀ ਇੱਕ, ਉਹ ਜਿਹੜਾ ਸਟੇਜ 'ਤੇ ਜਿਹੜਾ ਉਹ ਜਦੋਂ ਬਾਵਾ ਗਾਉਂਦੇ ਸੀ, ਸਮਝ ਲਾ ਕਿ ਇਸ ਵੇਲੇ ਤੂੰ ਸਟੇਜ 'ਤੇ ਹੀ ਆ ਅਤੇ ਤੂੰ ਉਹ ਬਾਵਾ ਗਾ ਰਹੀ ਆ, ਅਤੇ ਕਿੱਦਾਂ ਭੁੱਲੀ ਸੀ ਉਹ ਸਾਰਾ ਕੁਛ ਮੈਨੂੰ ਸੁਣਾ।
ਮਾਤੀ ਨੂੰ ਮੱਤਾ ਦਿੰਦੀ ਕਿਉਂ ਮਾਇਆ ਵਿੱਚ ਮੋਈ ਨੀ ਤੈਨੂੰ ਲੱਜ ਕਿਸੇ ਦੀ ਨਾ ਹੀ ਮੂੰਹ ਦੀ ਲੈ ਗਈ ਲੋਈ ਨੀ ਸਾਹਿਬ ਦਾ ਦਰਵਾਜ਼ਾ ਨੀ ਮਾਂ ਕਿਉਂ ਪਗੜੀ ਉੱਚੀ ਆਈ ਨੀ ਚਾਰ ਚਫੇਰੇ ਕਾਫਰ ਕੁੜੀ ਸੁੱਤਿਆਂ ਰਹਿਣ ਵੀ ਆਈ ਨੀ ਕੀ ਹੋਇਆ ਤੈਨੂੰ ਚਰਖੇ ਤੰਦ ਨਾ ਪਾਈ ਨੀ ਬਣ ਬੈਠੀ ਪੰਜ ਫੁੱਲਾਂ ਰਾਣੀ ਘਰ ਵਿੱਚ ਹੁਕਮ ਚਲਾਇਆ ਨੀ ਨੌ ਦੁਆਰੇ ਮੈਂ ਤੇਰੇ ਦੇ ਉੱਚਾ ਬਹੁਤ ਬਣਾਇਆ ਨੀ ਜਿਸ ਕੋਲੋਂ ਤੂੰ ਕੋਠਾ ਜਿਸ ਕੋਲੋਂ ਤੂੰ ਭੁੱਲ ਗਿਆ ਸੀ ਤੇ ਟਣ ਨਣ ਪਿੱਛੇ ਗੱਲ ਆਪੇ ਠੀਕ ਆ ਤੇ ਜਿਹੜੇ ਸਾਹਮਣੇ ਬੈਠੇ ਸੀ ਕਿਸੇ ਨੂੰ ਪਤਾ ਲੱਗਾ ਕਿ ਤੂੰ ਭੁੱਲ ਗਈ ਕਿ ਨਹੀਂ ਭੁੱਲ ਗਈ ਪਤਾ ਨਹੀਂ ਸ਼ਾਇਦ ਪਰ ਵੈਸੇ ਨਹੀਂ ਪਤਾ ਲੱਗਾ ਠੀਕ ਹੈ ਇਹਦੇ ਤੁਹਾਡੀ ਮਤਲਬ ਇਹੀ ਚੀਜ਼ ਸਟੇਜ ਤੇ ਇੱਕ ਟੀਮ ਵਰਕ ਹੁੰਦਾ ਜਦੋਂ ਹਨਾ ਕਲਾਕਾਰ ਕੋਈ ਭੁੱਲ ਜਾਂਦਾ ਜਿਹੜੇ ਪਿੱਛੇ ਵਾਲੇ ਨਾਲ ਦੇ ਆ ਉਹ ਸਾਰਾ ਕੁਝ ਸਾਂਭ ਲੈਂਦੇ ਆ ਇਹੀ ਚੀਜ਼ ਇੱਕ ਟੀਮ ਵਰਕ ਹੁੰਦਾ ਜਸਮੀਨ ਮੈਂ ਦੇਖਿਆ ਜਿਹੜੀ ਤੁਹਾਡੀ ਆਵਾਜ਼ ਆ ਨਾ ਇੱਕ ਪੰਜਾਬੀ ਸਿੰਗਿੰਗ ਲਈ ਤਾਂ ਆਵਾਜ਼ ਤੁਹਾਡੀ ਬਹੁਤ ਹੀ ਸੂਟ ਕਰਦੀ ਆ ਪੰਜਾਬੀ ਗਾਣਿਆਂ ਲਈ ਬਟ ਤੁਹਾਡੀ ਆਵਾਜ਼ ਕਿਤੇ ਨਾ ਕਿਤੇ ਮੈਨੂੰ ਇੱਦਾਂ ਲੱਗਦਾ ਕਿ ਜਦੋਂ ਮੈਂ ਤੁਹਾਡੇ ਉਹ ਕੋਈ ਇੱਕ ਤੁਸੀਂ ਪਹਿਲਾਂ ਗੀਤ ਗਾਉਂਦੇ ਸੀ ਮੈਂ ਤਾਂ ਮੈਨੂੰ ਲੱਗਦਾ ਸੀ ਕਿ ਜਿੱਦਾਂ ਕੋਈ ਪਲੇਬੈਕ ਸਿੰਗਰ ਗਾਉਂਦਾ ਹੁੰਦਾ ਹੈ ਨਾ ਜਿੱਦਾਂ ਮੇਰੇ ਕੰਨਾਂ ਨੂੰ ਉਹ ਆਵਾਜ਼ ਮੈਨੂੰ ਫੀਲ ਹੁੰਦੀ ਸੀ ਤੇ ਮੈਂ ਚਾਹੂੰਗਾ ਕੋਈ ਹਿੰਦੀ ਗੀਤ ਵੀ ਸਾਨੂੰ ਗਾ ਕੇ ਸੁਣਾਓ ਯੇ ਮੋਹ ਮੋਹ ਕੀ ਦਾਗੀ ਤੇਰੀ ਉਂਗਲੀਓ ਸੇ ਜਾਵਾਂ ਜੀ ਕੋਈ ਟੋਹ ਟੋਹ ਨਾ ਲਾਗੀ ਕਿਸ ਤਰ੍ਹਾਂ ਗਿਰ ਹਾਏ ਸੁਲਝੀ ਹੈ ਰੋਮ ਰੋਮ ਇੱਕ ਤਾਰਾ ਹੈ ਰੋਮ ਰੋਮ ਇੱਕ ਤਾਰਾ ਜੋ ਬਾਦਲੋਂ ਮੇ ਸੇ ਗੁਜ਼ਰੇ ਯੇ ਮੋਹ ਮੋਹ ਕੀ ਦਾਗੀ ਤੇਰੀ ਉਂਗਲੀਓਂ ਸੇ ਜਾਵਾਂ ਜੀ ਕੋਈ ਟੋਹ ਟੋਹ ਜਸਮੀਨ ਬਹੁਤ ਸੋਹਣਾ ਤੁਹਾਡੀ ਬਹੁਤ ਸੋਹਣੀ ਆਵਾਜ਼ ਆ ਅਤੇ ਸਾਰੇ ਹੀ ਮਤਲਬ ਮੇਰੇ ਵੱਲੋਂ ਜਾਂ ਬੱਚੇ ਪ੍ਰਦੀਪ ਬੈਂਸ ਭਾਅ ਜੀ ਅਤੇ ਤੁਹਾਡੇ ਫਾਦਰ ਸਾਹਿਬ ਨੂੰ ਅਤੇ ਜਿਹੜੇ ਵੀ ਤੁਹਾਨੂੰ ਟੀਚ ਕਰਦੇ ਪਏ ਆ ਹੈ ਨਾ ਉਹਨਾਂ ਸਾਰਿਆਂ ਨੂੰ ਮਤਲਬ ਬਹੁਤ ਬਹੁਤ ਵਧਾਈ ਦੇ ਪਾਤਰ ਆ ਸਾਰੇ ਕਿਉਂਕਿ ਜਦੋਂ ਕੋਈ ਬੱਚਾ ਨਾ ਮਤਲਬ ਮਿਹਨਤ ਕਰਦਾ ਆ ਅਤੇ ਜਿਹੜੇ ਉਹ ਮਿਹਨਤ ਕਰਾਉਣ ਵਾਲੇ ਵੀ ਹੁੰਦੇ ਨਾ ਉਹਨਾਂ ਨੂੰ ਵੀ ਖੁਸ਼ੀ ਮਿਲਦੀ ਆ ਕਿ ਹਾਂ ਸਾਡੇ ਕੋਈ ਸਾਡਾ ਬੱਚਾ ਮਿਹਨਤ ਕਰਦਾ ਪਿਆ ਅਤੇ ਤੁਸੀਂ ਬਹੁਤ ਹੀ ਮਿਹਨਤ ਕਰਦੇ ਪਏ ਆ ਪਰਮਾਤਮਾ ਕਰੇ ਕਿ ਤੁਸੀਂ ਆਪਣੇ ਨਾਮ ਨੂੰ ਆਪਣੇ ਫਾਦਰ ਸਾਹਿਬ ਦੇ ਨਾਮ ਨੂੰ ਤਾਂ ਆਪਣੀ ਸਾਰੀ ਟੀਮ ਦੇ ਨਾਮ ਨੂੰ ਬਹੁਤ ਅੱਗੇ ਲੈ ਕੇ ਜਾਓ ਅਤੇ ਸਾਡੇ ਇਲਾਕੇ ਦਾ ਪੂਰੇ ਗੜਸ਼ੰਕਰ ਦਾ ਅਤੇ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਦਾ ਨਾਮ ਪੂਰੀ ਦੁਨੀਆ 'ਚ ਰੋਸ਼ਨ ਕਰੋ ਦੋਸਤੋ ਇਹ ਸੀਗੀ ਜੀ ਸਾਡੇ ਨਾਲ ਇੱਕ ਬੱਚੀ ਜੈਸਮੀਨ ਅਤੇ ਜਿਹੜੀ ਇੱਕ ਬਹੁਤ ਹੀ ਖੂਬਸੂਰਤ ਆਵਾਜ਼ ਦੀ ਮਾਲਕ ਆ ਪਰਮਾਤਮਾ ਕਰੇ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਹੀ ਬੁਲੰਦੀਆਂ 'ਤੇ ਜਾਵੇ ਅਤੇ ਸਾਡੇ ਇਲਾਕੇ ਦਾ ਸਾਡੇ ਜ਼ਿਲ੍ਹੇ ਦਾ ਮਤਲਬ ਪੂਰੇ ਪੰਜਾਬ ਦਾ ਨਾਮ ਆਪਣੀ ਗਾਇਕੀ ਦੇ ਨਾਲ ਰੋਸ਼ਨ ਕਰੇ ਅਤੇ ਜੇਕਰ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਆਪਣੇ ਕਮੈਂਟ ਕਰਕੇ ਜ਼ਰੂਰ ਵਿਚਾਰ ਆਪਣੇ ਨੀਚੇ ਦਿਓ ਅਤੇ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜੈਸਮੀਨ ਨੂੰ ਸਪੋਰਟ ਕੀਤੀ ਜਾਵੇ ਤਾਂ ਕਿ ਜਿਹੜੇ ਇੱਦਾਂ ਦੇ ਬੱਚੇ ਆ ਉਹ ਅੱਗੇ ਆ ਸਕਣ ਕਿਉਂਕਿ ਸੋਸ਼ਲ ਮੀਡੀਆ 'ਤੇ ਦੇਖਦੇ ਹਾਂ ਅਸੀਂ ਅੱਜ ਕੱਲ੍ਹ ਬਹੁਤ ਹੀ ਇੱਦਾਂ ਦੇ ਲੋਕ ਹੁੰਦੇ ਆ ਜਿਨ੍ਹਾਂ ਦੇ ਪੱਲੇ ਕੋਈ ਟੈਲੈਂਟ ਨਹੀਂ ਹੁੰਦਾ ਅਤੇ ਆਪਾਂ ਉਹਨਾਂ ਨੂੰ ਵੀ ਚੱਕ ਕੇ ਆਪਾਂ ਸਟਾਰ ਬਣਾ ਦਿੰਦੇ ਹਾਂ ਤੋ ਸਾਡੀ ਪੂਰੀ ਟੀਮ ਦੀ ਰਿਕੁਐਸਟ ਆ ਕਿ ਇੱਦਾਂ ਦੇ ਜਿਹੜੇ ਬੱਚੇ ਜਿਹੜੇ ਬਹੁਤ ਹੀ ਸੁਰੀਲਾ ਗਾਉਂਦੇ ਆ ਅਤੇ ਇਹਨਾਂ ਨੂੰ ਅੱਗੇ ਲੈ ਕੇ ਆਇਆ ਜਾਵੇ ਇਹਨਾਂ ਦੀ ਵੱਧ ਤੋਂ ਵੱਧ ਸਪੋਰਟ ਕੀਤੀ ਜਾਵੇ ਅਤੇ ਜੈਸਮੀਨ ਤੁਸੀਂ ਅੱਜ ਸਾਨੂੰ ਟਾਈਮ ਦਿੱਤਾ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ PV07 ਵਾਲੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਉਹ ਇੱਥੇ ਇੰਨੀ ਦੂਰੋਂ ਆਏ ਥੈਂਕ ਯੂ ਥੈਂਕ ਯੂ ਸੋ ਮਚ ਮੈਂ ਦਿਲ ਦੀ ਦੁਨੀਆ ਚ ਤੇਰੇ ਬਾਜੋ ਜੇ ਕੋਈ ਮੈਂ ਤੇਰੀ ਚੌਖਟ ਤੋਂ ਸਾਰੀ ਜ਼ਿੰਦਗੀ ਜੇ ਸਿਰੇ ਉਠਾਵਾਂ ਤੇ ਕਾਫ ਰੱਖੀ ਜੇ ਮੇਰੀ ਪੂਜਾ ਚ ਫਰਕ ਆਵੇ ਹੈ ਜਾ ਖੰਜਰ ਦੀ ਲੋੜ ਕੋਈ ਨਹੀਂ ਖੁਦਾ ਗਵਾਹ ਹੈ ਤੂੰ ਅੱਖ ਜੇ ਬਦਲੇ
मर ना जावां ते काफर आखी, मैं मर ना जावां ते काफर आखी। प्यार नाल ना सही, प्यार नाल ना सही, गुस्से नाल वेख लिया कर। प्यार नाल ना सही, गुस्से नाल वेख लिया कर। बीमारां नूं शफा मिल जांदी है। प्यार नाल ना सही, गुस्से नाल वेख लिया कर। बीमारां नूं शफा मिल जांदी है। प्यार नाल ना सही, तेरा दीदार चन्ना साडी मजबूरी है। रोज तेनू तकना बड़ा ही जरूरी है। तेरा दीदार चन्ना साडी मजबूरी है। रोज तेनू तकना बड़ा ही जरूरी है। सुख मिल जांदा है, सुख मिल जांदा है। पैंदी है जो तेरे ते नजर, बीमारां नूं शफा मिल जांदी है। प्यार नाल ना सही, गुस्से नाल वेख लिया कर। बीमारां नूं शफा मिल जांदी है। प्यार नाल ना सही, जंगलां पहाड़ां विच फुल खिल जांदे ने। टुटे हुए दिलां नूं करार मिल जांदे ने। जंगलां पहाड़ां विच फुल खिल जांदे ने। टुटे हुए दिलां नूं करार मिल जांदे ने। प्यार दियां रामां च, प्यार दियां रामां च तेरे जे आवे हम सफर। बीमारां नूं शफा मिल जांदी है। प्यार नाल ना सही, गुस्से नाल वेख लिया कर। बीमारां नूं शफा मिल जांदी है। प्यार नाल ना सही, प्यार नाल ना सही, प्यार नाल ना